ਕੀ ਤਰ੍ਹਾਂ ਜੀ ਬ੍ਰੈਕਫਾਸਟ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਮੈਂ ਪਹਿਲੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਟਾਈਮ ਕੱਢ ਕੇ ਮਿਲਣ ਆਏ ਹੋ, ਔਰ ਸਾਰੇ ਪਠਾਨਕੋਟ ਨੂੰ ਨਮਸਕਾਰ। ਮੈਂ ਸਭ ਤੋਂ ਪਹਿਲੇ ਸਾਡੇ ਮੈਂਬਰ ਆਫ ਪਾਰਲੀਮੈਂਟ ਰੰਧਾਵਾ ਸਾਹਿਬ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਪਠਾਨਕੋਟ ਦੇ ਦੋ ਮੇਜਰ ਇਸ਼ੂ, ਇੱਕ ਐਲੀਵੇਟਿਡ ਟਰੈਕ ਦਾ, ਦੂਸਰਾ ਏਅਰ ਜਿਹੜੀ ਫਲਾਈਟਸ ਅਸੀਂ ਚਾਲੂ ਕਰਾਉਣੀ ਹੈ ਏਅਰਪੋਰਟ ਦਾ, ਉਹਦੇ ਕੁਐਸਚਨ ਪਾਏ ਸੀ ਪਾਰਲੀਮੈਂਟ ਵਿੱਚ। ਸਾਡਾ ਤਾਂ ਪਰਪਸ ਇਹ ਸੀ ਉਹਨਾਂ ਦਾ ਕਿ ਸਟਾਰਟ ਕੁਐਸਚਨ ਲੱਗਣ ਤਾਂ ਕਿ ਉਹਦੇ ਉੱਪਰ ਬਹਿਸ ਹੋਏ, ਔਰ ਮਗਰ ਸਟਾਰਟ ਕੁਐਸਚਨ ਨਾ ਲਗਾ ਕੇ ਅਨਸਟਾਰਟ ਕੁਐਸਚਨ ਲੱਗ ਗਏ ਅਤੇ ਉਹਦਾ ਰਿਪਲਾਈ ਆਇਆ। ਮੈਂ ਥੋੜ੍ਹਾ ਦੁੱਖ ਵੀ ਲੱਗਿਆ ਗਵਰਨਮੈਂਟ ਆਫ ਇੰਡੀਆ ਦਾ ਰਿਪਲਾਈ ਦੇਖ ਕੇ, ਮੈਂ ਰੰਧਾਵਾ ਸਾਹਿਬ ਨਾਲ ਵੀ ਗੱਲ ਕੀਤੀ ਹੈ। ਮੈਂ ਥੋੜ੍ਹਾ ਜਿਹਾ ਬਰੀਫ ਕਰਨਾ ਚਾਹੁੰਦਾ, ਜਿਹੜਾ ਸਾਡਾ ਜੋਗਿੰਦਰ ਨਗਰ ਵਾਲਾ ਫਾਟਕ ਹੈ, ਜਿਹੜੀਆਂ 9 ਰੇਲਵੇ ਕਰੋਸਿੰਗਸ ਹੈ, ਤੁਹਾਨੂੰ ਪਤਾ ਢਾਕੀ ਦਾ ਕੰਮ ਤਾਂ ਅਸੀਂ ਆਪਣੇ ਟਾਈਮ, ਮੈਂ ਕਾਂਗਰਸ ਦੀ ਸਰਕਾਰ ਸੀ ਆਪਣੀ ਪਰਸੂਐਂਸ ਨਾਲ, ਉਹ ਜ਼ਿਆਦਾ ਔਖਾ ਪ੍ਰੋਜੈਕਟ ਸੀ, ਉਹ ਅਸੀਂ ਕਰਵਾ ਦਿੱਤਾ, ਉਹਦੇ ਅਪਰੂਵਲਸ ਵੀ ਲੈ ਲਏ, ਔਰ ਨੈਸ਼ਨਲ ਹਾਈਵੇ ਵੀ ਇਨਵੋਲਵ ਸੀ, ਉਹਦੇ ਵਿੱਚ ਡਿਫੈਂਸ ਵੀ ਇਨਵੋਲਵ ਸੀ, ਬੜੇ ਇਸ਼ੂਜ਼ ਸੀ। ਮਗਰ ਇਹ ਜਿਹੜਾ ਐਲੀਵੇਟਿਡ ਟਰੈਕ ਹੈ, ਇਹ ਮੈਂ ਤੁਹਾਨੂੰ ਸਾਰੀ ਡਿਟੇਲ ਦੇਵਾਂਗਾ। ਮੈਂ ਇਹਦਾ ਕੰਮ ਅਗਸਤ 3, 2017 ਤੋਂ ਪਲੈਨਿੰਗ ਤਾਂ ਸ਼ੁਰੂ ਕੀਤੀ ਸੀ, ਡਿਸਕਸ਼ਨ ਤਾਂ ਮੈਂ ਕਾਫੀ ਕਰ ਰਿਹਾ ਸੀ ਜਦੋਂ ਮੈਂ ਪਹਿਲਾ ਨੋਟ CM ਸਾਹਿਬ ਨੂੰ, CPSCM ਨੂੰ ਲਿਖਿਆ ਸੀ। ਮੇਰੀ ਜਰਨੀ ਅਗਸਤ 3, 2017 ਤੱਕ ਚੱਲਦੀ ਰਹੀ, ਜਨਵਰੀ 1, 2020 ਤੱਕ ਮੈਂ ਐਲੀਵੇਟਿਡ ਟਰੈਕ ਪਿੱਛੇ ਪਿਆ ਰਿਹਾ। ਇਹਦੇ ਵਿੱਚ ਅਸੀਂ ਵਿਧਾਨ ਸਭਾ 'ਚ ਵੀ ਗਏ, ਵਿਧਾਨ ਸਭਾ 'ਚੋਂ ਮੈਂ ਬਜਟ ਵੀ ਅਪਰੂਵ ਕਰਾਇਆ, ਉਹਦੇ ਵਿੱਚ ਕੰਸਲਟੈਂਟ ਵੀ ਅਸੀਂ 50 ਲੱਖ ਰੁਪਇਆ ਖਰਚ ਕੇ, ਕਿਉਂਕਿ ਕੰਸਲਟੈਂਟ ਵੀ ਟੈਂਡਰ ਦੇ ਕੇ ਲੱਗਦਾ, ਉਹ ਮਨਜ਼ੂਰ ਕਰਾਇਆ। ਕੰਸਲਟੈਂਟ ਦੀ ਫਿਰ ਫਿਜ਼ੀਬਿਲਟੀ ਰਿਪੋਰਟ ਆਈ ਕੰਸਲਟੈਂਟ ਦੇ ਹਿਸਾਬ ਨਾਲ। ਅੱਛਾ, ਕੰਸਲਟੈਂਟ ਵੀ ਜਦੋਂ ਅਪੁਆਇੰਟ ਹੁੰਦਾ, ਉਹ ਕੰਸਲਟੈਂਟ ਅਪੁਆਇੰਟ ਹੁੰਦੇ ਨੇ ਜੇ ਆਲਰੇਡੀ ਰੇਲਵੇ ਦੇ ਪੈਨਲ 'ਤੇ ਨੇ, ਔਰ ਰੇਲਵੇ ਦੇ ਪ੍ਰੋਜੈਕਟਸ ਆਲਰੇਡੀ ਉਹ ਕਰਦੇ ਨੇ, ਅਤੇ ਉਹ ਕੰਸਲਟੈਂਟ ਦੇ ਹਿਸਾਬ ਨਾਲ ਫਿਜ਼ੀਬਿਲਟੀ ਰਿਪੋਰਟ ਬਣੀ। ਔਰ ਮੈਂ 30, 2019 ਨੂੰ ਪੰਜਾਬ ਸਰਕਾਰ ਨੇ, ਅਸੀਂ ਪ੍ਰਪੋਜ਼ਲ ਭੇਜਿਆ ਰੇਲਵੇ ਡਿਪਾਰਟਮੈਂਟ ਨੂੰ ਕਿ ਇਹ ਪ੍ਰੋਜੈਕਟ ਬਹੁਤ ਇੰਪੋਰਟੈਂਟ ਹੈ, ਔਰ ਚੂੰਕਿ ਇੰਨਾ ਪ੍ਰੋਜੈਕਟ ਇੰਪੋਰਟੈਂਟ ਹੈ, ਰੇਲਵੇ ਕਰੋਸਿੰਗਸ ਤੁਹਾਡੀਆਂ ਬਣਨੀਆਂ, ਅਤੇ ਅਸੀਂ ਤਾਂ ਇਹੀ ਰਿਕੁਐਸਟ ਕੀਤੀ ਸੀ ਤੁਸੀਂ 100% ਕੰਟਰੀਬਿਊਟ ਕਰੋ। ਮਗਰ ਸਾਨੂੰ ਰੇਲਵੇ ਡਿਪਾਰਟਮੈਂਟ ਤੋਂ ਇਹ ਜਵਾਬ ਆਇਆ ਸੀ ਕਿ ਅਸੀਂ ਪੂਰਾ ਨਹੀਂ ਕਰ ਸਕਦੇ, 50% ਕਰਾਂਗੇ। ਅਤੇ ਅਸੀਂ ਉਦੋਂ, ਕਿਉਂਕਿ ਸਾਡੀ ਸਰਕਾਰ ਸੀ, ਮੈਂ ਪਰਸਿਊ ਕਰ ਰਿਹਾ ਸੀ, ਅਤੇ ਉਹ ਲੈਟਰ ਅਸੀਂ ਲਿਖਵਾ ਲਈ, ਉਦੋਂ ਅਫਸਰਸ ਨੂੰ ਕਨਵਿੰਸ ਵੀ ਕਰ ਲਿਆ ਕਿ ਇਹ ਪ੍ਰੋਜੈਕਟ ਫੀਜ਼ੀਬਲ ਹੈ, ਅਤੇ 50% ਦੀ ਲੈਟਰ ਵੀ ਆ ਗਈ। ਫਿਰ ਮੈਂ ਵਿਧਾਨ ਸਭਾ 'ਚ 120 ਕਰੋੜ ਰੁਪਏ ਆਪਣਾ, ਫਿਰ ਅਸੀਂ ਆਪਣੀ ਵਿਧਾਨ ਸਭਾ 'ਚ ਜਿਹੜਾ ਬਜਟ ਸੈਸ਼ਨ 2020-21 ਦਾ ਹੋਇਆ, ਉਹਦੇ ਵਿੱਚ ਹੋ ਗਿਆ। ਫਿਰ ਕਰੋਨਾ ਆ ਗਿਆ, ਕਰੋਨਾ 'ਚ ਤੁਹਾਨੂੰ ਪਤਾ ਕਿ 1.5-2 ਸਾਲ ਤਾਂ ਰੇਲਵੇ ਡਿਪਾਰਟਮੈਂਟ ਚੱਲਿਆ ਹੀ ਨਹੀਂ, ਮੈਂ ਵੀ ਆਪਣੇ ਲੋਕਾਂ ਦੀ ਸੇਵਾ 'ਚ ਬਿਜ਼ੀ ਹੋ ਗਿਆ, ਫਿਰ ਸਰਕਾਰ ਚੇਂਜ ਹੋ ਗਈ। ਪਰ ਮੈਨੂੰ ਬੜਾ ਦੁੱਖ ਲੱਗਦਾ ਕਿ ਇੰਨਾ ਇੰਪੋਰਟੈਂਟ ਪ੍ਰੋਜੈਕਟ ਪਠਾਨਕੋਟ ਦਾ, ਔਰ ਇੱਕ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਪਹਿਲੀ ਵਿਧਾਨ ਸਭਾ 'ਚ ਇਹ ਜੇ ਕੁਐਸਚਨ ਲਗਾ ਰਹੇ ਨੇ, ਤਾਂ ਉਹਦੀ ਕੋਈ ਅਹਿਮੀਅਤ ਹੈ, ਉਹਦੀ ਕੋਈ ਨੀਡ ਹੈ? ਇਹ ਸਾਡੇ ਵਪਾਰ ਲੋਕਾਂ ਦਾ ਗਲਾ ਘੁੱਟੇ ਦਾ, ਤੁਹਾਨੂੰ ਪਤਾ ਕਿੰਨੀ ਪ੍ਰੋਬਲਮ ਹੈ, ਅਜੇ ਉਹ ਪੁਲ ਟੁੱਟੇ ਦਾ, ਜਿਸ ਦਿਨ ਉਹ ਪੁਲ ਚੱਲ ਪਿਆ ਅਤੇ ਪਠਾਨਕੋਟ 'ਤੇ ਵੈਸੇ ਹੀ ਟ੍ਰੈਫਿਕ ਨਾਲ ਬੜੀ ਪ੍ਰੋਬਲਮ ਹੋ ਜਾਣੀ ਹੈ। ਐਂਡ ਦੇ ਹੈਵ ਸਿੰਪਲੀ ਰਿਪਲਾਈਡ ਕਿ ਪ੍ਰਪੋਜ਼ਲ ਫੋਰ ਐਲੀਵੇਟਿਡ ਟਰੈਕ ਵਿਦ ਇਨ ਸਿਟੀ ਪੋਰਸ਼ਨ ਆਫ ਪਠਾਨਕੋਟ ਰਿਸੀਵਡ ਫਰੋਮ ਸਟੇਟ ਗੌਰਮੈਂਟ ਵਾਸ ਐਗਜ਼ਾਮਿਨਡ ਐਂਡ ਫਾਊਂਡ ਟੂ ਬੀ ਨੋਟ ਫੀਜ਼ੀਬਲ। ਮੈਂ ਇੱਕੋ ਚੀਜ਼ ਗੌਰਮੈਂਟ ਆਫ ਇੰਡੀਆ ਨੂੰ ਕਹਿਣਾ ਚਾਹੁੰਦਾ ਕਿ ਪੂਰਾ ਦਿੱਲੀ
ਮੈਟਰੋ ਸ਼ੀਲਾ ਦੀਕਸ਼ਿਤ ਜੀ ਦੇ ਟਾਈਮ 'ਤੇ ਅੰਡਰਗਰਾਊਂਡ ਬਣੇ ਦਾ ਜਿਹਦੀ ਫਿਜੀਬਿਲਟੀ ਨਹੀਂ ਸੀ। ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਨੇ ਸਮੁੰਦਰਾਂ 'ਤੇ ਆਪਣੇ ਸ਼ਹਿਰ ਬਣਾ ਲਏ ਨੇ। ਤੁਸੀਂ ਆਪਣੇ ਨੀਅਰੈਸਟ ਕੰਪੀਟੀਟਰ ਨੂੰ ਦੇਖ ਲਓ, ਚਾਈਨਾ ਨੂੰ 15,000 ਫੁੱਟ 20,000 ਫੁੱਟ ਜਾ ਕੇ ਉੱਪਰ ਉਹਨਾਂ ਨੇ 2 ਹਿਲਸ ਨੂੰ 1-1 ਕਿਲੋਮੀਟਰ ਦੇ ਹਿਲ ਨੂੰ ਪਿਲਰਲੈਸ ਕਨੈਕਟ ਕੀਤੇ ਦਾ ਟੈਕਨੋਲੋਜੀ। ਰੋਜ਼ ਮੈਂ ਉਹਨਾਂ ਨੂੰ ਵੀ, ਗਦਕਰੀ ਜੀ ਨੂੰ ਵੀ ਸੁਣਨਾ, ਰੋਜ਼ ਉਹਨਾਂ ਦੀ ਕੋਈ ਵੀਡੀਓ ਆਈ ਹੁੰਦੀ ਹੈ ਕਿ ਅਸੀਂ ਇਹ ਬਣਾ ਦਿੱਤਾ। ਅਤੇ ਜੇ ਛੋਟੀ ਜਿਹੀ ਚੀਜ਼ ਨੂੰ ਤੁਸੀਂ ਕਹਿੰਦੇ ਹੋ ਬਿਨਾਂ ਐਵੈਲਿਊਏਟ ਕਰਦੇ ਫਿਜ਼ੀਬਲ ਨਹੀਂ ਹੈ, ਮੈਨੂੰ ਲੱਗਦਾ ਬਿਲਕੁਲ ਗਲਤ ਹੈ। ਔਰ ਇਹ ਸੈਂਟਰਲ ਗਵਰਨਮੈਂਟ ਦੀ ਮੈਨੂੰ ਲੱਗਦਾ ਹੈ ਜਾਂ ਪੰਜਾਬ ਵੱਲੋਂ ਪਰਸੂਏਸ਼ਨ ਨਹੀਂ ਹੈ ਪੰਜਾਬ ਸਰਕਾਰ ਵੱਲੋਂ, ਕਿਉਂਕਿ ਅਸੀਂ ਪਹਿਲੇ ਮੈਂਬਰ ਆਫ ਪਾਰਲੀਮੈਂਟ ਨਹੀਂ ਸੀ। ਮੈਂਬਰ ਆਫ ਪਾਰਲੀਮੈਂਟ ਰੀਸੈਂਟਲੀ ਲੋਕਾਂ ਦੇ ਬਲੈਸਿੰਗਸ ਨਾਲ ਬਣੇ ਹਾਂ। ਅਤੇ ਇਹ ਪ੍ਰੋਜੈਕਟ ਕੰਪਲੀਟਲੀ ਫੀਜ਼ੇਬਲ ਹੈ। ਮੈਂ ਪਠਾਨਕੋਟ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ, ਜਿਸ ਤਰ੍ਹਾਂ ਅਸੀਂ ਢਾਕੀ ਕਰਵਾਇਆ, ਮੈਂ ਰੰਧਾਵਾ ਸਾਹਿਬ ਦੇ ਨਾਲ ਮਿਲ ਕੇ ਅਸੀਂ ਇਹ ਪ੍ਰੋਜੈਕਟ ਨੂੰ ਫੀਜ਼ੇਬਲ ਵੀ ਕਰਾਂਗੇ, ਮਨਜ਼ੂਰ ਵੀ ਕਰਵਾਵਾਂਗੇ। ਅਤੇ ਮੈਂ ਇਹੀ ਕਹਾਂਗਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਇਹ ਸਾਡੇ ਪਠਾਨਕੋਟ ਵਾਸਤੇ ਬਹੁਤ ਹੀ ਇੰਪੋਰਟੈਂਟ ਪ੍ਰੋਜੈਕਟ ਹੈ, ਕਾਇੰਡਲੀ ਇਹਨੂੰ ਅਪਰੂਵ ਕਰੋ। ਫੀਜ਼ੀਬਿਲਟੀ ਨੋਨ ਫੀਜ਼ੀਬਿਲਟੀ ਤੁਸੀਂ ਟੇਬਲ 'ਤੇ ਬੈਠੋ, ਉਹ 5 ਮਿੰਟ 'ਚ ਡਿਸਕਸ਼ਨ ਹੋ ਜਾਂਦੀ ਹੈ ਕਿ ਫੀਜ਼ੀਬਲ ਹੈ। ਬਸ ਇੰਟੈਂਸ਼ਨ ਚਾਹੀਦੀ ਹੈ ਕਿ ਜਿੱਥੇ 240 ਕਰੋੜ ਲੱਗਣਾ ਉੱਥੇ 300 ਕਰੋੜ ਲੱਗ ਜਾਏਗਾ। ਕਿਆ ਲੋਕਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਇੱਕ ਵੀ ਆਦਮੀ ਦੀ ਜ਼ਿੰਦਗੀ ਵਸਦੀ ਹੋਏ ਅਤੇ ਲੋਕ 300 ਕਰੋੜ ਖਰਚ ਦਿੰਦੇ ਆ? ਇੱਥੇ ਲੱਖਾਂ ਜ਼ਿੰਦਗੀਆਂ ਇਨਵੋਲਵ ਹੈ ਸਾਡੇ ਸ਼ਹਿਰ ਦੀਆਂ। ਰੋਜ਼ ਲੋਕ ਪੋਲਿਊਸ਼ਨ ਵਿੱਚ, ਕੋਈ ਐਂਬੂਲੈਂਸ ਫਸ ਜਾਂਦੀ ਹੈ, ਕਦੀ ਕੁਛ ਹੈ। ਅਤੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਇਹੀ ਰਿਕੁਐਸਟ ਕਰਾਂਗਾ। ਸੈਕਿੰਡਲੀ, ਤੁਹਾਨੂੰ ਯਾਦ ਹੋਏਗਾ ਕਿ ਕਿਸੇ ਵੀ ਏਰੀਆ ਦੀ ਜੇ ਡਿਵੈਲਪਮੈਂਟ ਕਰਨੀ ਹੈ ਜਾਂ ਉਹਨੂੰ ਗਰੋ ਕਰਾਉਣੀ ਹੈ, ਉਹ ਹੁੰਦਾ ਕਨੈਕਟੀਵਿਟੀ ਦੇ ਨਾਲ, ਇਨਫਰਾਸਟਰਕਚਰ ਨਾਲ। ਅਤੇ ਆਪਣੇ ਟਾਈਮ ਮੈਂ ਇਨਫਰਾਸਟਰਕਚਰ ਦੇ ਉੱਪਰ, ਚਾਹੇ ਸੀਵਰੇਜ ਹੈ, ਪਾਣੀ ਹੈ, ਸੜਕਾਂ ਹੈ, ਪੁੱਲ ਹੈ, ਪਾਰਕਸ ਹੈ, ਬਹੁਤ ਕੰਮ ਕੀਤਾ। ਹਾਲਾਂਕਿ ਕਰੋਨਾ ਆ ਗਿਆ, ਹੋਰ ਜ਼ਿਆਦਾ ਕਰ ਸਕਦਾ ਸੀ। ਸਭ ਤੋਂ ਪਹਿਲੇ ਮੈਂ ਆਉਂਦੇ ਹੀ ਏਅਰਪੋਰਟ ਚਲਾਇਆ ਸੀ। ਏਅਰਪੋਰਟ ਤੋਂ ਬਾਅਦ ਤੁਸੀਂ ਦੇਖੋ, ਇੰਡਸਟਰੀ ਵੀ ਲੱਗੀ ਸਾਡੇ 1,000 ਕਰੋੜ ਦੀ। ਪਹਿਲੀ ਵਾਰੀ ਕੋਈ ਮਲਟੀਨੈਸ਼ਨਲ ਕੰਪਨੀ ਨੇ ਆ ਕੇ ਇਨਵੈਸਟ ਕੀਤਾ, ਕਿਉਂਕਿ ਇਹ ਚੀਜ਼ਾਂ ਨਾਲ ਇੱਕ ਇੰਪ੍ਰੈਸ਼ਨ ਜਾਂਦਾ, ਕਾਰਪੋਰੇਟਸ ਦੀ ਇੰਪ੍ਰੈਸ਼ਨ ਜਾਂਦਾ। ਤਾਂ ਮੂਮੈਂਟ ਯੂ ਸੇ ਕਿ ਪਠਾਨਕੋਟ, ਅੱਛਾ ਪਠਾਨਕੋਟ ਫਲਾਈਟ ਚੱਲਦੀ ਹੈ ਅਤੇ ਕਿਸੇ ਨੇ ਵੀ ਇਨਵੈਸਟਮੈਂਟ ਕਰਨੀ ਹੈ, ਦਿਸ ਥਿੰਗ ਇਜ਼ ਇਨਫ ਕਿ ਪਠਾਨਕੋਟ ਫਲਾਈਟ ਚੱਲਦੀ ਹੈ। ਮੈਂ ਜਦੋਂ ਪ੍ਰਪੋਜ਼ਲ ਆਪਣਾ, ਇਹ ਵੀ ਕੁਐਸਚਨ ਰੰਧਾਵਾ ਸਾਹਿਬ ਨੇ ਪਾਇਆ ਸੀ, ਉਹਦਾ ਜਵਾਬ ਤੁਹਾਨੂੰ ਮੈਂ ਦੱਸ ਦਿੰਦਾ ਕਿੰਨਾ ਟੇੜਾ ਮੇੜਾ ਜਿਹਾ ਜਵਾਬ ਆਇਆ। ਅਤੇ ਆਪੇ ਲਿਖ ਰਹੇ ਨੇ ਕਿ 5/4/2018 ਨੂੰ ਜਦੋਂ ਸਾਡੀ ਸਰਕਾਰ ਸੀ, ਮੈਨੂੰ ਪਤਾ ਕਿ ਅਫਸਰਸ ਉਦੋਂ ਵੀ ਨਹੀਂ ਸੀ ਮੰਨਦੇ। 1 ਕਰੋੜ ਰੁਪਏ ਦਾ ਖਰਚਾ ਆਉਂਦਾ ਸੀ ਪੰਜਾਬ ਸਰਕਾਰ ਦਾ ਮੈਨ ਪਾਵਰ ਦੇ ਉੱਪਰ, ਪਲੱਸ ਜੋ ਵੀ ਸੀਟਸ ਅਨਅਟੈਂਡਿਡ ਜਾਂਦੀਆਂ ਸੀ ਉਹਦਾ ਲੋਸ ਬੁੱਕ ਕਰਨਾ ਹੀ। ਮੈਨੂੰ ਵੀ IAS ਅਫਸਰ ਉਸ ਟਾਈਮ ਇਹੀ ਕਹਿੰਦੇ ਸੀ ਕਿ ਇੱਕ ਏਅਰਪੋਰਟ ਜੰਮੂ ਮੇ ਹੈ, ਇੱਕ ਏਅਰਪੋਰਟ ਧਰਮਸ਼ਾਲਾ ਮੇ ਹੈ, ਤੋ ਇੱਕ ਏਅਰਪੋਰਟ ਆਪਕਾ ਅੰਮ੍ਰਿਤਸਰ ਮੇ ਹੈ, ਤੋ ਆਪਕੋ ਕਿਸਕੇ ਲੀਏ ਚਾਹੀਏ? ਫਿਰ ਉਹਨਾਂ ਨੂੰ ਮੈਂ ਕਹਿੰਦਾ ਸੀ ਜਾਂ ਫਿਰ ਪਠਾਨਕੋਟ ਨੂੰ ਤੁਸੀਂ ਬੰਦ ਹੀ ਕਰ ਦਿਉ, ਲੋਕ ਹੀ ਕਰ ਦਿਉ, ਜੇ ਤੁਹਾਨੂੰ ਪਠਾਨਕੋਟ ਦੀ ਗਰੋਥ ਹੀ ਨਹੀਂ ਲੱਭਦੀ। ਅਤੇ ਉਸ ਤੋਂ ਬਾਅਦ ਪਰਸੂਐਂਸ ਨਾਲ ਮੈਂ ਬਜਟ ਕਲੀਅਰ ਕਰਾ ਕੇ ਫਿਰ ਫਾਈਲ ਭਿਜਵਾ ਕੇ ਇਹ ਆਪਣਾ ਖਰਚਾ ਕਰਕੇ ਅਸੀਂ ਇਹ ਉਡਾਨ ਸਕੀਮ ਦੇ ਅੰਦਰ ਫਲਾਈਟ ਚਲਾਈ ਸੀ। ਹੁਣ ਸਰਕਾਰ ਕਲੀਅਰਲੀ ਕਹਿ ਰਹੀ ਹੈ ਕਿ ਅਸੀਂ ਇਹ ਨਹੀਂ ਚਲਾ ਸਕਦੇ, ਹੁਣ ਟੋਟਲ ਏਅਰਲਾਈਨ ਦੇ ਉੱਪਰ ਛੱਡ ਦਿੱਤਾ ਕਿ ਏਅਰਲਾਈਨ ਆਪੇ ਡਿਸਾਈਡ ਕਰੇ। ਮੈਂ ਇੱਕ ਚੀਜ਼ ਇੱਥੋਂ ਜ਼ਰੂਰ ਰਿਲਾਈਜ਼ ਕੀਤੀ ਜਦੋਂ ਇਹ ਆਇਆ, ਅਤੇ ਮੈਂ ਰੰਧਾਵਾ ਸਾਹਿਬ ਨਾਲ ਵੀ ਗੱਲ ਕੀਤੀ, PSUs ਦਾ ਹੋਣਾ ਬਹੁਤ ਜ਼ਰੂਰੀ ਹੈ ਜੀ।
ਹਰ ਸੈਕਟਰ ਵਿੱਚ, ਚਾਹੇ ਟੈਲੀਕੋਮ ਹੈ ਅਤੇ ਉਹ 'ਤੇ BSNL ਹੋਣਾ ਬੜਾ ਜ਼ਰੂਰੀ ਹੈ, ਚਾਹੇ ਏਵੀਏਸ਼ਨ ਹੈ ਉਹਦੇ ਵਿੱਚ ਗੌਰਮੈਂਟ ਦੀ ਏਅਰਲਾਈਨ ਹੋਣੀ ਬੜੀ ਜ਼ਰੂਰੀ ਹੈ, ਚਾਹੇ ਪਾਵਰ ਹੈ ਉਹਦੇ ਵਿੱਚ ਗੌਰਮੈਂਟ ਸੈਕਟਰ ਦਾ ਕੰਟਰੋਲ ਹੋਣਾ ਬੜਾ ਜ਼ਰੂਰੀ ਹੈ। ਤੁਸੀਂ ਆਪੇ ਦੇਖੋ ਕਿ ਜੇ ਅੱਜ ਇਹ ਸਰਕਾਰ ਦੇ ਕੋਲ ਹੁੰਦੀ ਅਤੇ ਜਿਸ Tier 3 ਸਿਟੀਜ਼ ਹੈ ਪਠਾਨਕੋਟ ਵਰਗੀ, ਜੇ ਅਸੀਂ ਪ੍ਰਾਈਵੇਟ ਬੰਦਾ ਆਪਣਾ ਬਿਜ਼ਨਸ ਹੀ ਦੇਖੀ ਜਾਏਗਾ ਅਤੇ ਸਾਡੇ ਲੋਕ ਕਿਸ ਤਰ੍ਹਾਂ ਫੈਸਿਲਿਟੀ ਆਪਣਾ ਅਵੇਲ ਕਰਨਗੇ। ਡਿਫੈਂਸ ਇੱਥੇ ਹੈ ਜੀ, ਡਿਫੈਂਸ ਦੇ ਲੋਕ ਇੱਥੇ ਰਹਿੰਦੇ ਨੇ। ਮੇਰਾ ਸਭ ਤੋਂ ਵੱਡਾ ਕੰਸਰਨ ਆਰਮਡ ਫੋਰਸਿਸ ਦਾ ਵੀ, ਸਭ ਤੋਂ ਵੱਡਾ ਏਅਰਪੋਰਟ ਅਤੇ ਮਿਲਟਰੀ ਬੇਸ, ਆਰਮੀ ਬੇਸ ਸਾਡੇ ਇੱਥੇ, ਉਹਨਾਂ ਦੇ ਬੱਚੇ ਨੇ, ਉਹਨਾਂ ਨੇ ਵੀ ਟਰੈਵਲ ਕਰਨਾ। ਜੇ ਤੁਸੀਂ ਆਰਮੀ ਨੂੰ ਮੋਟੀਵੇਟਿਡ ਰੱਖੋਗੇ, ਉਹਨਾਂ ਦੀ ਫੈਮਿਲੀਜ਼ ਨੂੰ ਮੋਟੀਵੇਟਿਡ ਰੱਖੋਗੇ, ਉਹ ਜ਼ਿਆਦਾ ਬੈਟਰ ਕੰਮ ਕਰ ਸਕਣਗੇ। ਹਰ ਬੰਦੇ ਦੇ ਬੱਚੇ ਪੜ੍ਹਨੇ ਨੇ। ਜੇ ਇੱਥੋਂ ਫਲਾਈਟ ਡਾਇਰੈਕਟਲੀ ਕੈਪੀਟਲ ਦੇ ਨਾਲ ਕਨੈਕਟਿਡ ਹੈ, ਸਾਡੇ ਸ਼ਹਿਰ ਦੇ ਬੱਚੇ, ਸਾਡੇ ਜੋ ਪੜ੍ਹਨਾ ਚਾਹੁੰਦੇ ਨੇ ਉਹ ਈਜ਼ਲੀ ਕਨੈਕਟੀਵਿਟੀ ਲੈ ਸਕਦੇ ਨੇ। ਦਿੱਲੀ ਤੋਂ ਬੰਬੇ ਜਾਣਾ ਬੜਾ ਆਸਾਨ ਹੈ, ਕਿਸੇ ਨੂੰ ਮੈਡੀਕਲ ਐਮਰਜੈਂਸੀ ਆ ਜਾਂਦੀ ਹੈ ਉਦੋਂ ਕਨੈਕਟੀਵਿਟੀ ਬੜੀ ਆਸਾਨ ਹੈ। ਅਤੇ ਮੈਨੂੰ ਲੱਗਦਾ ਜਿਹੜੇ ਦੋਨੋਂ ਪ੍ਰਪੋਜ਼ਲ ਸੈਂਟਰਲ ਗੌਰਮੈਂਟ ਨੇ ਬਿਨਾਂ ਕਿਸੇ ਵਜ੍ਹਾ ਤੋਂ ਰਿਜੈਕਟ ਕੀਤੇ ਨੇ, ਇਹ ਮਨਜ਼ੂਰ ਕਰਨੇ ਚਾਹੀਦੇ ਨੇ। ਇਕੱਲਾ ਸੈਂਟਰਲ ਗੌਰਮੈਂਟ ਵੀ ਨਹੀਂ ਹੈ, ਮੈਂ ਪੰਜਾਬ ਸਰਕਾਰ ਨੂੰ ਵੀ ਰਿਕੁਐਸਟ ਕਰਾਂਗਾ, ਉਹਨਾਂ ਨਾਲ ਪਰਸਿਊ ਵੀ ਕਰਾਂਗਾ, ਕਿਉਂਕਿ ਪੰਜਾਬ ਸਰਕਾਰ ਨੂੰ ਵੀ ਜਿਸ ਤਰ੍ਹਾਂ ਅਸੀਂ ਕੰਟਰੀਬਿਊਟ ਕੀਤਾ ਸੀ ਉਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਵੀ ਅਰਥ ਕੰਟਰੀਬਿਊਟ ਕਰਨਾ ਚਾਹੀਦਾ। 1-2 ਕਰੋੜ ਰੁਪਏ ਮਹੀਨੇ ਨਾਲ ਕੋਈ ਫਰਕ ਨਹੀਂ ਪੈਣਾ, ਪੋਲਿਸੀ ਇੰਗੇਜ ਕਰਨੀ ਹੈ, ਸਿਕਿਉਰਿਟੀ ਇੰਗੇਜ ਕਰਨੀ ਹੈ, ਲੋਕਲ ਇੰਪਲੋਇਮੈਂਟ ਹੀ ਹੋਏਗੀ। ਮਗਰ ਉਸ 1-1.5 ਕਰੋੜ ਰੁਪਏ ਦੇ ਖਰਚੇ ਨਾਲ ਸਾਡੇ ਪਠਾਨਕੋਟ ਦੀ ਇਕਾਨਮੀ ਬਹੁਤ ਜ਼ਿਆਦਾ ਗਰੋ ਕਰੇਗੀ, ਅਤੇ ਇਸੇ ਕਰਕੇ ਮੈਂ ਤੁਹਾਨੂੰ ਅੱਜ ਬੁਲਾਇਆ ਸੀ। ਇਟ ਇਜ਼ ਅ ਮੈਟਰ ਆਫ ਕੰਸਰਨ। ਦੇਖੋ ਐਸਾ ਜੀ, ਮੈਂ ਤਾਂ ਪਰਸਿਊ ਕਰੂੰਗਾ, ਔਰ ਹੁਣ ਮੈਂਬਰ ਆਫ ਪਾਰਲੀਮੈਂਟ ਸਾਡੇ ਪਾਰਟੀ ਦੇ ਨੇ, ਮੈਂ ਉਹਨਾਂ ਨਾਲ ਈਜ਼ੀਲੀ ਕਨੈਕਟੀਵਿਟੀ ਕਰ ਸਕਣਾ, ਔਰ ਮੈਨੂੰ ਲੱਗਦਾ ਕਿ ਇਹਨੂੰ ਅਸੀਂ ਪਰਸਿਊ ਕਰਾਂਗੇ। ਇਹ ਜੇ ਨਹੀਂ ਕਰਨਗੇ, ਰਹਿ ਗਏ 2 ਸਾਲ ਹੋਰ, ਆਪਣੀ ਸਰਕਾਰ ਆਏਗੀ ਤਾਂ ਫਿਰ ਤਾਂ ਬਣਾ ਹੀ ਲਵਾਂਗਾ ਜੀ, ਫਿਰ ਕਿੰਨਾ ਟਾਈਮ ਹੈ। ਸਰ, ਇਸ ਦੇ ਨਾਲ ਹੀ ਜਿਹੜਾ ਬਜਟ ਹੈ, ਬਜਟ ਬਾਰੇ ਵੀ ਕੁਝ ਕਹਿਣਾ ਚਾਹੋਗੇ? ਜਿਹੜਾ ਬਜਟ ਤਾਂ ਬੜਾ ਐਮਬੈਰਸਿੰਗ ਹੈ ਜੀ, ਮਿਡਲ ਕਲਾਸ ਵਾਸਤੇ, ਲੋਅਰ ਮਿਡਲ ਕਲਾਸ ਵਾਸਤੇ, ਛੋਟੇ ਬਿਜ਼ਨਸਮੈਨ ਵਾਸਤੇ ਕੁਝ ਦਿੱਤਾ ਨਹੀਂ ਹੈ। ਇੰਡੈਕਸੇਸ਼ਨ ਦਾ ਤੁਸੀਂ ਦੇਖ ਹੀ ਲਿਆ ਕਿ ਹਰ ਬੰਦਾ ਆਪਣੀ ਉਹ ਸੇਵਿੰਗ ਕਰਦਾ, ਹੁਣ ਇੰਨਾ ਪ੍ਰੈਸ਼ਰ ਪਿਆ ਤਾਂ ਜਾ ਕੇ ਫਾਈਨੈਂਸ ਮਿਨਿਸਟਰ ਨੇ ਕੁਛ ਚੇਂਜ ਕੀਤਾ। ਉਸ ਤੋਂ ਇਲਾਵਾ ਕੋਈ ਬੈਨੀਫਿਟ ਨਹੀਂ ਦਿੱਤਾ, ਔਰ ਬਜਟ ਵਿੱਚ ਕੀ ਹੈ, ਨਾ ਕਿਸਾਨਾਂ ਨੂੰ ਕੁਛ ਮਿਲਿਆ, ਨਾ ਯੁਵਾ ਨੂੰ ਕੁਛ ਮਿਲਿਆ, ਨਾ ਲੇਬਰਰਸ ਨੂੰ ਕੁਛ ਮਿਲਿਆ, ਨਾ ਵਿਮੈਨ ਨੂੰ ਕੁਛ ਮਿਲਿਆ, ਨਾ ਕੋਈ ਇਹੋ ਜਿਹਾ ਡਿਸੀਜਨ ਹੋਇਆ ਕਿ ਜਿਹਦੇ ਵਿੱਚ ਜੋਬਸ ਵੱਧ ਸਕਣ। ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਕਿ 2022-23 ਦਾ ਜੇ ਤੁਸੀਂ ਦੇਖੋ ਤਾਂ ਇਹ ਕਹਿੰਦੇ ਨਾ ਸੈਂਸੈਕਸ ਵੱਧ ਗਿਆ, ਅਤੇ ਸੈਂਸੈਕਸ ਜਿਹੜਾ ਵੱਧਦਾ ਨਾ ਉਹ ਇੰਡੈਕਸੇਸ਼ਨ ਨਾਲ ਹੁੰਦਾ, ਅਤੇ ਜਿਹੜਾ ਸੈਂਸੈਕਸ ਇੰਡੈਕਸ ਹੈ ਉਹ ਸਿਰਫ 50-60 ਕੰਪਨੀ ਵੱਡੀ ਕੰਪਨੀਆਂ ਨੂੰ ਦੇਖ ਕੇ ਰੌਲਾ ਪਾਉਂਦੇ ਨੇ ਜੀ। ਜੇ ਨਿਫਟੀ ਵਿੱਚ ਨੈਸ਼ਨਲ ਸਟਾਕ ਐਕਸਚੇਂਜ 'ਚ 2000 ਕੰਪਨੀਆਂ ਤੁਸੀਂ ਦੇਖ ਲੈਣਾ, ਉਹਦੇ ਵਿੱਚ ਸਿਰਫ 60-70 ਕੰਪਨੀਆਂ ਜਿਹੜਾ ਮੇਨ ਪੈਸਾ ਕਮਾ ਰਹੇ ਨੇ। ਜੇ ਬੰਬੇ ਸਟਾਕ ਐਕਸਚੇਂਜ, ਚਲੋ ਇੰਨਾ ਮੈਟਰ ਨਹੀਂ ਕਰਦਾ, ਨੈਸ਼ਨਲ ਸਟਾਕ ਐਕਸਚੇਂਜ ਮੈਟਰ ਕਰਦਾ, ਅਤੇ ਉਹਦੇ ਵਿੱਚ 2022-23 ਵਿੱਚ 10 ਲੱਖ ਕਰੋੜ ਦਾ ਪ੍ਰੋਫਿਟ ਸੀ, 2023-24 'ਚ 14 ਲੱਖ ਕਰੋੜ ਦਾ, 14.5 ਲੱਖ ਕਰੋੜ ਦਾ ਮੈਂ ਪ੍ਰੈਸ ਨੋਟ ਵੀ ਦਿੱਤਾ ਸੀ, ਉਹਦੇ ਵਿੱਚ 30% ਦਾ ਉਹਨਾਂ ਦਾ ਪ੍ਰੋਫਿਟ ਵਧਿਆ। ਮਗਰ ਜਦੋਂ ਉਹਨਾਂ ਦਾ ਪ੍ਰੋਫਿਟ 30% ਵਧਿਆ, ਨੌਕਰੀਆਂ ਕਿਉਂ ਘੱਟ ਰਹੀਆਂ? ਅਤੇ ਗੌਰਮੈਂਟ ਨੂੰ ਇਸ ਦੇ ਉੱਪਰ ਕੋਗਨੀਜੈਂਸ ਲੈਣਾ ਪੈਂਦਾ। ਮੈਨੂੰ ਲੱਗਦਾ ਸੀ ਕਿ ਇਸ ਬਜਟ 'ਚ ਕੁਝ ਕਰਨਗੇ ਕਿ ਜਿਹੜੀ ਕੰਪਨੀਜ਼ ਪ੍ਰੋਫਿਟ ਕਮਾ ਰਹੀਆਂ ਉਹਨਾਂ ਨੂੰ ਵੀ ਬੈਨੀਫਿਟ ਉਸ ਹਿਸਾਬ ਨਾਲ ਹੀ ਦਿਓ ਤਾਂ ਕਿ ਉਹਨਾਂ ਨੂੰ ਟੈਕਸ ਵੀ ਉਸ ਤਰ੍ਹਾਂ ਹੀ ਲੱਗੇ।
ਜੇ ਕੋਈ ਬੰਦਾ ਇੰਪਲੋਇਮੈਂਟ ਜਨਰੇਟ ਹੀ ਨਹੀਂ ਕਰ ਰਿਹਾ, ਹੁਣ ਤੁਸੀਂ ਬੰਗਲਾਦੇਸ਼ ਦੀ ਹਾਲਤ ਦੇਖੋ, ਯੁਵਾ ਨੇ, ਯੂਥ ਨੇ ਸਾਰਾ ਕੰਮ ਕਰਤਾ, ਸਾਡੀ ਕੰਟਰੀ ਦਾ ਵੀ ਕਿੱਡਾ ਇੰਟੈਲੀਜੈਂਸ ਫੇਲੀਅਰ ਹੈ ਕਿ ਪਤਾ ਹੀ ਨਹੀਂ ਚੱਲ ਸਕਿਆ ਕਿ ਬੰਗਲਾਦੇਸ਼ ਜਿਹੜਾ ਸਾਡਾ ਇੱਕ ਫਰੈਂਡਲੀ ਕੰਟਰੀ ਹੈ ਉਹਦਾ ਪਤਾ ਹੀ ਨਹੀਂ ਚੱਲ ਸਕਿਆ ਕੀ ਹੋਇਆ ਉੱਥੇ ਵੀ ਜੋ ਯੁਵਾ ਨੇ ਕੀਤਾ। ਅਨਇੰਪਲੋਇਮੈਂਟ ਕਰਕੇ ਅਨਰੈਸਟ ਵੱਧਦਾ ਜੀ, ਔਰ ਸਾਡੇ ਦੇਸ਼ 'ਚ ਅਨਇੰਪਲੋਇਮੈਂਟ, ਇਨਫਲੇਸ਼ਨ ਬਹੁਤ ਜ਼ਿਆਦਾ, ਪੈਟਰੋਲ ਡੀਜ਼ਲ 'ਤੇ ਕੋਈ ਡਿਸੀਜਨ ਨਹੀਂ ਲਿਆ, GST ਤੁਸੀਂ ਦੇਖ ਲਓ, ਰਾਤੀਂ ਸੌਣ ਤੋਂ ਲੈ ਕੇ ਸਵੇਰੇ ਉੱਠਣ ਤੋਂ ਲੈ ਕੇ ਫਿਰ ਰਾਤੀਂ ਸੌਣ ਤੱਕ ਕੋਈ ਚੀਜ਼ ਟੱਚ ਕਰ ਲਓ, ਹਰ ਚੀਜ਼ 'ਚ GST ਜੀ। ਤੁਹਾਡਾ ਮਾਈਕ ਵੀ ਚੱਕਲਾਂ ਵੀ ਖਰੀਦਣ ਜਾਓ ਤਾਂ ਇਹਦੇ 'ਤੇ ਵੀ GST ਹੈ। ਮੈਂ ਪਾਣੀ ਪੀਣਾ GST ਹੈ, ਦੁੱਧ ਪੀਣਾ GST ਹੈ, ਚਾਦਰ ਖਰੀਦਣਾ GST ਹੈ, ਟੁੱਥਪੇਸਟ ਖਰੀਦਣਾ GST ਹੈ। ਅਸੀਂ ਕੁਛ ਕਰਨੇ ਆ, ਟੈਕਸ ਦੇ ਉੱਪਰ ਟੈਕਸ ਲਗਾਈ ਜਾ ਰਹੇ ਨੇ, ਮਿਡਲ ਕਲਾਸ ਨੂੰ ਦਬਾਈ ਜਾ ਰਹੇ ਨੇ, ਦਿੱਤਾ ਕੁਛ ਹੈ ਨਹੀਂ ਮਿਡਲ ਕਲਾਸ ਨੂੰ। ਅਤੇ ਮੈਨੂੰ ਲੱਗਦਾ ਅੱਛਾ 11 ਲੱਖ ਕਰੋੜ ਰੁਪਇਆ ਤੁਸੀਂ ਸੜਕਾਂ 'ਤੇ ਖਰਚ ਰਹੇ ਹੋ, ਕੋਈ ਗੱਲ ਨਹੀਂ, ਇਨਫਰਾਸਟ੍ਰਕਚਰ ਡਿਵੈਲਪ ਕਰੋ, ਮਗਰ ਤੁਸੀਂ ਇੱਕ ਮੇਰੇ ਕਹਿਣ 'ਤੇ ਡੇਟਾ ਦੇਖਣਾ, 2018-19 ਵਿੱਚ ਜਿਹੜਾ ਟੋਲ ਦਾ ਟੈਕਸ ਕਲੈਕਸ਼ਨ ਸੀ ਦੈਟ ਵਾਜ਼ ਰਫਲੀ 23,000 ਕਰੋੜ। ਹੁਣ ਜਿਹੜਾ ਟੋਲ ਦਾ ਕਲੈਕਸ਼ਨ ਹੈ, ਇਹ ਜਿਹੜਾ 24-25 ਦਾ ਇਹਨਾਂ ਨੇ ਐਸਟੀਮੇਟ ਕੀਤਾ, ਦੈਟ ਇਜ਼ 70,000 ਕਰੋੜ। 25-26 ਦਾ ਜਿਹੜਾ ਟੋਲ ਕਲੈਕਸ਼ਨ ਹੈ ਗਵਰਨਮੈਂਟ ਆਫ ਇੰਡੀਆ ਦਾ, ਉਹ ਰਫਲੀ ਐਸਟੀਮੇਟ 1.3 ਲੱਖ ਕਰੋੜ। ਇਹ ਜਿਹੜਾ 1.3 ਲੱਖ ਕਰੋੜ ਹੈ, ਇਹ ਗਰੀਬ ਆਦਮੀ ਨੇ ਦੇਣਾ ਜੀ। ਅੱਜ ਇੱਥੋਂ ਚੰਡੀਗੜ੍ਹ ਜਾਓ, 500 ਰੁਪਏ ਲੈ ਲੈਂਦੇ ਨੇ, ਇੱਥੋਂ ਟਰਾਂਸਪੋਰਟਰ ਆਪਣੀ ਗੱਡੀ ਭੇਜੇ, ਕਿਸੇ ਨੇ ਵੈਸਟ ਬੰਗਾਲ ਜਾਣਾ 20,000 ਦੇ ਟੋਲ ਦਾ ਹੀ ਲੈ ਲੈਂਦੇ ਨੇ। ਇਸ ਬਜਟ ਵਿੱਚ ਤੇਲ, ਬਿਜਲੀ, ਗੈਸ, ਟੋਲ, ਇਹਦਾ ਰਿਲੀਫ ਆਮ ਆਦਮੀ ਨੂੰ, ਗਰੀਬ ਨੂੰ ਦੇਣਾ ਚਾਹੀਦਾ ਸੀ, ਮਿਡਲ ਕਲਾਸ ਨੂੰ, ਜਿਹੜਾ ਸਰਕਾਰ ਨੇ ਨਹੀਂ ਦਿੱਤਾ। ਅਤੇ ਮੈਨੂੰ ਲੱਗਦਾ ਕਿ ਇਹ ਚੰਦ ਲੋਕਾਂ ਦਾ ਬਜਟ ਸੀ, ਕੋਈ ਪੂਰੇ ਦੇਸ਼ ਨੂੰ ਦੇਖ ਕੇ ਬਜਟ ਨਹੀਂ ਬਣਾਇਆ। ਥੈਂਕ ਯੂ।